ਆਪ ਸਭ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਬਿਜਲੀ ਖਪਤਕਾਰਾਂ ਦੇ ਨਾਲ ਪੰਜਾਬ ਦੇ ਵਿੱਚ ਇੱਕ ਨਵੇਂ ਤਰ੍ਹਾਂ ਦੀ ਠੱਗੀ ਜਿਹੜੀ ਹੈ ਅੱਜਕਲ ਹੋ ਰਹੀ ਹੈ ਔਰ ਉਸ ਠੱਗੀ ਬਾਰੇ ਜਿਹੜੀ ਹੈ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਲਵਾਂਗੇ ਔਰ ਇਸ ਠੱਗੀ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ ਇਸ ਬਾਰੇ ਵੀ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਮੈਂ ਦੱਸਦਾ ਕਿ ਪੰਜਾਬ ਚੰਡੀਗੜ੍ਹ ਦੇ ਕੁਝ ਇਲਾਕਿਆਂ ਦੇ ਵਿੱਚ ਜਿਹੜੇ ਆਮ ਲੋਕ ਨਹੀਂ ਉਹਨਾਂ ਨੂੰ ਫੋਨ ਆ ਰਹੇ ਨੇ ਮੈਸੇਜ ਆ ਰਹੇ ਨੇ ਕਿ ਜੇਕਰ ਤੁਸੀਂ ਆਪਣਾ ਬਿਜਲੀ ਦਾ ਬਿੱਲ ਨਹੀਂ ਭਰੋਗੇ ਤਾਂ ਕੱਲ ਤੁਹਾਡਾ ਕਨੈਕਸ਼ਨ ਜਿਹੜਾ ਕੱਟ ਦਿੱਤਾ ਜਾਵੇਗਾ ਇਸ ਤਰ੍ਹਾਂ ਦੇ ਮੈਸੇਜ ਜਿਹੜੇ ਨੇ ਬਹੁਤ ਸਾਰੇ ਲੋਕਾਂ ਨੂੰ ਆ ਚੁੱਕੇ ਨੇ ਔਰ ਉਹ ਲੋਕ ਠੱਗੀ ਦਾ ਸ਼ਿਕਾਰ ਵੀ ਇਸ ਦੇ ਨਾਲ ਹੋ ਚੁੱਕੇ ਨੇ ਦੋਸਤੋ ਮੈਂ ਦੱਸਦਾ ਕਿ ਕਿਸ ਤਰ੍ਹਾਂ ਦੀ ਠੱਗੀ ਜਿਹੜੀ ਹੈ ਇਸ ਮੈਸੇਜ ਦੇ ਨਾਲ ਹੋ ਰਹੀ ਹੈ ਦੋਸਤੋ ਇੱਕ ਮੈਸੇਜ ਜਿਹੜਾ ਫੋਨ ਤੇ ਜਾ ਰਿਹਾ ਹੈ ਜਿਸ ਵਿੱਚ ਇਹ ਲਿਖਿਆ ਜਾਂਦਾ ਹੈ ਕਿ ਤੁਹਾਡਾ ਬਿੱਲ ਜਿਹੜਾ ਪੈਂਡਿੰਗ ਹੈ ਤੁਸੀਂ ਹਜੇ ਤੱਕ ਆਪਣਾ ਘਰ ਦਾ ਬਿੱਲ ਜਿਹੜਾ ਹੈ ਇਲੈਕਟ੍ਰਿਸਿਟੀ ਬਿੱਲ ਬਿਜਲੀ ਦਾ ਬਿੱਲ ਨਹੀਂ ਭਰਿਆ ਤੇ ਜੇਕਰ ਤੁਸੀਂ ਇਸ ਨੰਬਰ ਤੇ ਇੱਕ ਨੰਬਰ ਜਿਹੜਾ ਹੈ ਉਸ ਮੈਸੇਜ ਦੇ ਵਿੱਚ ਲਿਖਿਆ ਹੁੰਦਾ ਹੈ ਗੱਲ ਨਹੀਂ ਕਰੋਗੇ ਆਪਣਾ ਬਿੱਲ ਨਹੀਂ ਭਰੋਗੇ ਤਾਂ ਤੁਹਾਡਾ ਕਨੈਕਸ਼ਨ ਕੱਟ ਦਿੱਤਾ ਜਾਵੇਗਾ ਦੋਸਤੋ ਬਹੁਤ ਸਾਰੇ ਭੋਲੇ ਲੋਕ ਜਿਹੜੇ ਨੇ ਇਸ ਮੈਸੇਜ ਤੇ ਦਿੱਤੇ ਗਏ ਨੰਬਰ ਤੇ ਗੱਲ ਕਰਦੇ ਨੇ ਔਰ ਸਾਹਮਣੇ ਦੀ ਕੋਈ ਵਿਅਕਤੀ ਕਹਿ ਰਿਹਾ ਹੈ ਕਿ ਮੈਂ ਪੀਐਸਪੀਸੀਲ ਜਾਣੇ ਕੇ ਬਿਜਲੀ ਬੋਰਡ ਦੇ ਹੈੱਡਕੁਆਰਟਰ ਤੋਂ ਗੱਲ ਕਰ ਰਿਹਾ ਮੇਰਾ ਨਾਮ ਜਿਹੜਾ ਹੈ ਮਨੀਸ਼ ਅਗਰਵਾਲ ਹੈ ਜਾਂ ਕੋਈ ਵੀ ਨਾਮ ਜਿਹੜਾ ਉਹ ਵਿਅਕਤੀ ਲੈਂਦਾ ਹੈ ਤੇ ਫਿਰ ਮੋਬਾਈਲ ਦੇ ਵਿੱਚ ਇੱਕ ਐਨੀ ਡੈਸਕ ਨਾਮ ਦੀ ਐਪ ਨੂੰ ਡਾਊਨਲੋਡ ਕਰਨ ਦੇ ਲਈ ਕਹਿੰਦਾ ਦੋਸਤੋ ਮੈਂ ਦੱਸਦਾ ਕਿ ਇੱਥੇ ਠੱਗੀ ਦਾ ਸ਼ਿਕਾਰ ਜਿਹੜਾ ਹੈ ਲੋਕ ਕਿਵੇਂ ਹੁੰਦੇ ਨੇ ਐਨੀ ਡੈਸਕ ਇੱਕ ਇਸ ਤਰ੍ਹਾਂ ਦੀ ਐਪ ਹੈ ਦੋਸਤੋ ਕਿ ਇਸ ਐਪ ਨੂੰ ਡਾਊਨਲੋਡ ਕਰਨ ਤੋਂ ਬਾਅਦ ਦੂਰ ਬੈਠੇ ਉਸ ਵਿਅਕਤੀ ਕੋਲ ਤੁਹਾਡੇ ਮੋਬਾਈਲ ਦਾ ਸਾਰਾ ਕੰਟਰੋਲ ਜਿਹੜਾ ਹੈ ਆ ਜਾਂਦਾ ਸਾਰਾ ਐਕਸੈਸ ਉਹਦੇ ਕੋਲ ਆ ਜਾਂਦਾ ਹੈ ਦੋਸਤੋ ਤੁਹਾਡੇ ਮੋਬਾਈਲ ਦੇ ਵਿੱਚ ਜਿਸ ਤਰ੍ਹਾਂ Google Pay Paytm Payz ਐਪ ਇਸ ਤਰ੍ਹਾਂ ਦੀਆਂ ਪੇਮੈਂਟ ਵਾਲੀਆਂ ਜਿਹੜੀਆਂ ਐਪਸ ਨੇ ਇਹਦੇ ਰਾਹੀਂ ਉਹ ਵਿਅਕਤੀ ਤੁਹਾਡੇ ਖਾਤੇ ਦੇ ਵਿੱਚੋਂ ਪੈਸੇ ਕਢਵਾ ਲੈਂਦਾ ਹੈ ਦੋਸਤੋ ਇਸ ਤਰ੍ਹਾਂ ਦੀ ਠੱਗੀ ਪੰਜਾਬ ਦੇ ਵਿੱਚ ਕੁਝ ਵਿਅਕਤੀਆਂ ਦੇ ਨਾਲ ਹੋ ਚੁੱਕੀ ਹੈ ਜਿੱਥੇ ਹਜ਼ਾਰਾਂ ਲੱਖਾਂ ਰੁਪਏ ਉਹਨਾਂ ਦੇ ਖਾਤਿਆਂ ਦੇ ਵਿੱਚੋਂ ਜਿਹੜੇ ਨੇ ਕੱਢ ਲਏ ਗਏ ਨੇ ਸੋ ਦੋਸਤੋ ਇਸ ਤਰ੍ਹਾਂ ਦਾ ਕੋਈ ਵੀ ਤੁਹਾਨੂੰ ਫੋਨ ਜਾਂ ਮੈਸੇਜ ਆਂਦਾ ਹੈ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ ਤੁਸੀਂ ਆਪਣਾ ਬਿੱਲ ਜੇਕਰ ਸਮੇਂ ਤੇ ਭਰਿਆ ਹੋਇਆ ਕਿਉਂਕਿ ਬਿੱਲ ਦੇ ਵਿੱਚ ਇੱਕ ਡਿਊ ਡੇਟ ਲਿਖੀ ਹੁੰਦੀ ਹੈ ਉਸ ਡਿਊ ਡੇਟ ਤੱਕ ਜੇਕਰ ਤੁਸੀਂ ਆਪਣਾ ਬਿੱਲ ਭਰ ਚੁੱਕੇ ਹੋ ਤਾਂ ਤੁਹਾਡਾ ਕਨੈਕਸ਼ਨ ਜਿਹੜਾ ਨਹੀਂ ਕੱਟਿਆ ਜਾਵੇਗਾ ਔਰ ਇੱਕ ਗੱਲ ਮੈਂ ਹੋਰ ਦੋਸਤੋ ਦੱਸਦਾ ਕਿ ਜੇਕਰ ਤੁਸੀਂ ਇਸ ਤਰ੍ਹਾਂ ਬਿੱਲ ਨਹੀਂ ਭਰਿਆ ਤਾਂ ਪੀਐਸਪੀਸੀਐਲ ਜਾਂ ਬਿਜਲੀ ਬੋਰਡ ਇਸ ਤਰ੍ਹਾਂ ਦਾ ਕੋਈ ਵੀ ਮੈਸੇਜ ਨਹੀਂ ਭੇਜਦਾ ਕਿ ਤੁਸੀਂ ਇਹ ਬਿੱਲ ਨਹੀਂ ਭਰਿਆ ਤੁਹਾਡਾ ਕੱਲ ਕਨੈਕਸ਼ਨ ਕੱਢ ਦਿੱਤਾ ਜਾਵੇਗਾ ਤੁਸੀਂ ਫਲਾਣੇ ਨੰਬਰ ਤੇ ਗੱਲ ਕਰੋ ਸੋ ਇਸ ਤਰ੍ਹਾਂ ਇਸ ਮੈਸੇਜ ਨੂੰ ਪੜ ਕੇ ਘਬਰਾਉਣ ਦੀ ਲੋੜ ਨਹੀਂ ਹੈ ਦੋਸਤੋ ਕਿਉਂਕਿ ਇੱਕ ਠੱਗੀ ਸਿਸਟਮ ਹੈ ਇਸ ਤਰ੍ਹਾਂ ਜਿਹੜੇ ਲੋਕ ਨੇ ਉਹ ਤੁਹਾਨੂੰ ਠੱਗ ਸਕਦੇ ਨੇ ਤੁਹਾਡੇ ਖਾਤਿਆਂ ਦੇ ਵਿੱਚੋਂ ਪੈਸੇ ਕਢਵਾ ਸਕਦੇ ਨੇ ਇਸ ਐਪ ਨੂੰ ਜਿਹੜਾ ਹੈ ਜਿਸ ਤਰ੍ਹਾਂ ਕਿ ਇਹ ਕਾਲ ਆਏਗੀ ਜਾਂ ਤੁਸੀਂ ਉਸ ਨੰਬਰ ਤੇ ਗੱਲ ਕਰੋਗੇ ਤਾਂ ਕਿਸੇ ਤਰ੍ਹਾਂ ਦੀ ਐਪ ਜਿਹੜੀ ਹੈ ਆਪਣੇ ਮੋਬਾਈਲ ਦੇ ਵਿੱਚ ਕਦੀ ਵੀ ਡਾਊਨਲੋਡ ਨਾ ਕਰੋ ਕਿਸੇ ਤਰ੍ਹਾਂ ਦੇ ਨੰਬਰ ਤੇ ਜੇਕਰ ਤੁਹਾਨੂੰ ਗੱਲ ਕਰਨ ਲਈ ਕਿਹਾ ਜਾਂਦਾ ਤਾਂ ਤੁਸੀਂ ਉਸ ਨੰਬਰ ਤੇ ਗੱਲ ਨਾ ਕਰੋ ਜੇਕਰ ਤੁਹਾਨੂੰ ਫੇਰ ਵੀ ਕੋਈ ਸ਼ੰਕਾ ਹੈ ਤਾਂ ਤੁਸੀਂ ਸਬੰਧਤ ਬਿਜਲੀ ਦਫ਼ਤਰ ਜਾ ਸਕਦੇ ਹੋ ਉੱਥੇ ਪਤਾ ਕਰ ਸਕਦੇ ਹੋ ਕਿ ਤੁਹਾਡੇ ਦਫ਼ਤਰ ਵੱਲੋਂ ਜਾਂ ਪੀਐਸ ਪੀਸੀਐਲ ਵੱਲੋਂ ਕਿਸੇ ਤਰ੍ਹਾਂ ਦਾ ਕਾਲ ਤਾਂ ਨਹੀਂ ਕੀਤਾ ਗਿਆ ਸੋ ਦੋਸਤੋ ਮੈਂ ਦੱਸਦਾ ਕਿ ਇੱਕ ਨਵੇਂ ਤਰ੍ਹਾਂ ਦੀ ਠੱਗੀ ਜਿਹੜੀ ਹੈ ਪੰਜਾਬ ਦੇ ਵਿੱਚ ਬਿਜਲੀ ਖਪਤਕਾਰਾਂ ਦੇ ਨਾਲ ਹੋ ਰਹੀ ਹੈ ਸੋ ਉਸ ਤੋਂ ਬਚਣ ਦੀ ਲੋੜ ਹੈ ਦੋਸਤੋ ਜਿਹੜੇ ਠੱਗ ਲੋਕ ਨੇ ਤੁਹਾਨੂੰ ਮੋਬਾਈਲ ਤੇ ਮੈਸੇਜ ਭੇਜਦੇ ਨੇ ਕਿ ਤੁਸੀਂ ਆਪਣਾ ਬਿਜਲੀ ਦਾ ਬਿੱਲ ਨਹੀਂ ਭਰਿਆ ਹੋਇਆ ਤੇ ਤੁਸੀਂ ਜੇਕਰ ਬਿੱਲ ਨਹੀਂ ਪਰਦੇ ਤਾਂ ਕੱਲ ਤੁਹਾਡਾ ਕਨੈਕਸ਼ਨ ਕੱਢ ਦਿੱਤਾ ਜਾਵੇਗਾ ਸੋ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਦੋਸਤੋ ਕਿਸੇ ਵੀ ਨੰਬਰ ਤੇ ਗੱਲ ਕਰਨ ਦੀ ਲੋੜ ਨਹੀਂ ਹੈ ਕਿਸੇ ਤਰ੍ਹਾਂ ਦੀ ਐਪ ਜਿਹੜੀ ਹੈ ਆਪਣੇ ਮੋਬਾਈਲ ਤੇ ਡਾਊਨਲੋਡ ਕਰਨ ਦੀ ਲੋੜ ਨਹੀਂ ਹੈ ਦੋਸਤੋ ਪੰਜਾਬ ਦੇ ਵਿੱਚ ਬਹੁਤ ਸਾਰੇ ਬੈਂਕਾਂ ਨੂੰ ਪੁਲਿਸ ਥਾਣਿਆਂ ਦੇ ਵਿੱਚ ਪੀਐਸਪੀਸੀਐਲ ਨੂੰ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਆ ਰਹੀਆਂ ਨੇ ਕਿ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਹੋਏ ਨੇ ਸੋ ਇਸ ਵੀਡੀਓ ਦਾ ਮਕਸਦ ਸਿਰਫ ਇਹੀ ਹੈ ਕਿ ਆਮ ਲੋਕਾਂ ਨੂੰ ਪੰਜਾਬ ਦੇ ਆਮ ਲੋਕਾਂ ਨੂੰ ਇਹ ਦੱਸਣਾ ਕਿ ਇਸ ਤਰ੍ਹਾਂ ਦੀ ਠੱਗੀ ਸਿਸਟਮ ਜਿਹੜਾ ਹੈ ਅੱਜ ਕੱਲ ਚੱਲ ਰਿਹਾ ਹੈ ਪੀਐਸਪੀਸੀਐਲ ਵੱਲੋਂ ਬਿਜਲੀ ਬੋਰਡ ਦੇ ਦਫ਼ਤਰਾਂ ਵੱਲੋਂ ਇਸ ਤਰ੍ਹਾਂ ਦੀ ਕੋਈ ਵੀ ਕਾਲ ਜਾਂ ਮੈਸੇਜ ਨਹੀਂ ਕੀਤਾ ਜਾ ਰਿਹਾ ਸੋ ਇਸ ਤੋਂ ਬਚੋ ਇਸ ਤਰ੍ਹਾਂ ਦੇ ਮੈਸੇਜ ਤੋਂ ਬਿਲਕੁਲ ਵੀ ਡਰਨ ਦੀ ਲੋੜ ਨਹੀਂ ਹੈ ਕਿਸੇ ਨਾਲ ਵੀ ਦਿੱਤੇ ਗਏ ਨੰਬਰਾਂ ਤੇ ਗੱਲ ਕਰਨ ਦੀ ਲੋੜ ਨਹੀਂ ਹੈ ਕੋਈ ਵੀ ਐਪ ਆਪਣੇ ਫੋਨ ਦੇ ਵਿੱਚ ਡਾਊਨਲੋਡ ਕਰਨ ਦੀ ਲੋੜ ਨਹੀਂ ਹੈ ਦੋਸਤੋ ਤੁਹਾਡੀ ਕੀਮਤੀ ਕਮਾਈ ਨੂੰ ਇਹ ਠੱਗ ਲੋਕ ਜਿਹੜੇ ਨੇ ਉਹ ਉਡਾ ਸਕਦੇ ਨੇ ਮਿੰਟਾਂ ਦੇ ਵਿੱਚ ਸੋ ਇਸ ਤਰ੍ਹਾਂ ਦੇ ਮੈਸੇਜ ਤੋਂ ਇਸ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਹੋਣ ਤੋਂ ਜ਼ਰੂਰ ਬਚੋ ਆਸ ਕਰਦੇ ਹਾਂ ਦੋਸਤੋ ਕਿ ਅੱਜ ਦੀ ਵੀਡੀਓ ਤੇ ਅਪਡੇਟ ਤੁਹਾਨੂੰ ਵਧੀਆ ਲੱਗੀ ਹੋਵੇਗੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਤੇ ਆ ਰਹੀਆਂ ਵੀਡੀਓ ਤੁਹਾਨੂੰ ਵਧੀਆ ਲੱਗ ਰਹੀਆਂ ਤਾਂ ਸਾਨੂੰ ਸਪੋਰਟ ਕਰਨ ਦੇ ਲਈ ਚੈਨਲ ਵੀ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਵੀ ਜ਼ਰੂਰ ਦਬਾ ਦਿਓ ਬਸ ਇਸੇ ਤਰ੍ਹਾਂ ਹੀ ਜੁੜੇ ਰਹੋ ਇਸੇ ਤਰ੍ਹਾਂ ਹੀ ਸਾਡਾ ਹੌਸਲਾ ਵਧਾਉਂਦੇ ਰਹੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ